ਦੂਜੀ ਗੱਲ ਤੁਸੀਂ ਗੱਲ ਕੀਤੀ ਬਿਕਰਮ ਮਜੀਠੀਆ ਜੀ ਦੀ ਤੁਸੀਂ ਉਹਦਾ ਜਗਦੀਪ ਜੀ ਉਦੋਂ ਸੀਗੇ ਉੱਥੇ ਵਿਧਾਨ ਸਭਾ 'ਚ ਬਹਿਸ ਹੋਈ ਜਦੋਂ ਆ ਕੇਸ ਭੋਲੇ ਨੇ ਬਿਆਨ ਦਿੱਤਾ ਤੁਸੀਂ ਮੇਰੇ ਰਿਕਾਰਡ ਕਢਾ ਕੇ ਦੇਖੋਗੇ ਅਸੈਂਬਲੀ 'ਚ ਮੈਂ ਉੱਥੇ ਕਿਹਾ ਸੀਗਾ ਮੈਂ ਕਿਹਾ ਮੇਰਾ ਜੀ ਨਹੀਂ ਮੰਨਦਾ ਵੀ ਐਡੇ ਵੱਡੇ ਪਰਿਵਾਰ ਦਾ ਅਜਦਾ ਐਡਾ ਪਛੋਕੜ ਹੋਵੇ ਉਹ ਇਹਨਾਂ ਤੰਦਿਆਂ 'ਚ ਪਊਗਾ ਤੇ ਮੈਂ ਕਿਹਾ ਸੀ ਮੇਰਾ ਮੰਨਣਾ ਹੈ ਜਿੰਨਾ ਨੂੰ ਮਨ ਨੂੰ ਪਤਾ ਹੈ ਮੈਂ ਉਮੀਦ ਹੀ ਕਰ ਸਕਦਾ ਵਾਹਿਗੁਰੂ ਤੋਂ ਵੀ ਇਹ ਕੰਮ ਨਾ ਕੀਤਾ ਹੋਵੇ ਬਾਕੀ ਤਾਂ ਇਹ ਜਾਣੇ ਤੇ ਇਹਨਾਂ ਦਾ ਰੱਬ ਜਾਣੇ ਇਹਨਾਂ ਨੇ ਕੀ ਕੀਤਾ ਪਰ ਮੈਂ ਕਿਹਾ ਇੱਕ ਗੱਲ ਜਿਹੜੀ ਸਾਬਤ ਹੈ ਮੈਂ ਉੱਥੇ ਵਰਡ ਇਸਤੇਮਾਲ ਕੀਤਾ ਸੀ ਮੈਂ ਕਿਹਾ ਸੀ ਪਿਹੜੇ ਪਿਹੜੇ ਯਾਰ ਮੇਰੀ ਪ੍ਰੀਤੋ ਦੇ ਤੇ ਸਾਰੇ ਅਕਾਲੀ ਐਮਐਲਏ ਉਹ ਹੱਸ ਕੇ ਕਹਿੰਦੇ ਨਹੀਂ ਨਹੀਂ ਜਾਖੜ ਸਾਹਿਬ ਪ੍ਰੀਤੋ ਨਹੀਂ ਹੁੰਦੀ ਫੱਤੋਂ ਹੁੰਦੀ ਹੈ ਮੈਂ ਕਿਹਾ ਤੁਹਾਨੂੰ ਫੱਟੋ ਨਹੀਂ ਹੈ ਮੈਂ ਤਾਂ ਮਜੀਠੀਆ ਸਾਹਿਬ ਨੂੰ ਕਹਿ ਮੈਂ ਤੁਸੀਂ ਫੱਤੋਂ ਕਹਿ ਲਓ ਪ੍ਰੀਤੋ ਕਹਿ ਲਓ ਮੈਂ ਕਿਹਾ ਪਿਹੜੇ ਪਿਹੜੇ ਯਾਰ ਮੇਰੀ ਪ੍ਰੀਤੋ ਦੇ ਤੇ ਮੈਂ ਕਿਹਾ ਜੀ ਮੇਰੀ ਬੇਨਤੀ ਹੈ ਇਹਨਾਂ ਨੂੰ ਆ ਜਿਹੜਾ ਕੇਸ ਹੋਇਆ ਨਾ ਆ ਕਿਸੇ ਨੇ ਥੋਡੀ ਸਰਕਾਰ ਚੋਂ ਦਾ ਐਗਜ਼ੈਕਟ ਵਰਡ ਆ ਯੂਜ਼ ਸਮਬਡੀ ਵਿਦੀਨ ਦਾ ਸਟੈਬਲਿਸ਼ਮੈਂਟ ਵੀ ਤੁਹਾਡਾ ਕਿਸੇ ਨੇ ਮੱਕੂ ਬਣਿਆ ਤੇ ਬਿਹਤਰ ਹੋਊਗਾ ਤੁਹਾਡੇ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਇਹਦੀ ਜਾਂਚ ਕਰਾ ਲਓ ਸੱਚ ਦਾ ਸੱਚ ਹੋ ਜੇ ਪੰਜਾਬ ਦੇ ਲੋਕ ਲੋਕ ਤੁਹਾਡਾ ਇਸ਼ਾਰਾ ਕਿੱਧਰ ਹੈ ਮੇਰਾ ਉਸ ਦਿਨ ਵੀ ਮੈਨੂੰ ਆ ਪੁੱਛਿਆ ਮੇਰੇ ਤੇ ਦੋ ਇਲਜ਼ਾਮ ਲੱਗੇ ਪਹਿਲਾਂ ਤਾਂ ਆ ਇਲਜ਼ਾਮ ਲੱਗਿਆ ਬੀਜਾਖੜ ਸਾਹਿਬ ਤੁਸੀਂ ਕੀ ਦੇ ਕਨੀ ਇਸ਼ਾਰਾ ਮੈਂ ਕਿਹਾ ਉੱਥੇ ਬੈਠੇ ਆ ਸਾਰੇ ਜਿਹੜਾ ਨੇ ਕੀਤਾ ਕੰਮ ਜਿਹੜੇ ਕਹਿੰਦੇ ਸੀ ਮੈਂ ਆਪਦੇ ਸਾਲੇ ਨੂੰ ਤਾਂ ਪਿੰਡ ਦਾ ਸਰਪੰਚ ਨਹੀਂ ਬਣਨ ਦਿੱਤਾ ਸ਼ਾਇਦ ਉਹਨਾਂ ਦੀ ਮਿਹਰਬਾਨੀ ਹੋ ਗਈ ਹੋਵੇ ਤੇ ਜਿੱਥੇ ਤਾਈ ਨੀਤੀਕਾ ਜੀ ਉਹ ਕੇਸ ਨੂੰ ਹੱਲ ਹੋਣ ਦੀ ਗੱਲ ਵੀ ਗਲਤ ਹੋਇਆ ਕਿ ਸਹੀ ਹੋਇਆ ਕਹਿੰਦਾ ਇਹ ਜੋ ਗੁੱਥੀ ਹੈ ਨਾ ਇਹ ਜੋ ਗੁੱਥੀ ਹੈ यूं ही ਨਹੀਂ ਸੁੱਲਝਣੇ ਵਾਲੀ ਕਿਸੇ ਦਾਨਿਸ਼ਮੰਦ ਨੇ ਬੜੀ ਸੋਚ ਕੇ ਉਲਝਾਈ ਹੈ ਉਹ ਪੁੱਛੋ ਉਹਨਾਂ ਨੂੰ ਇਸਟੈਬਲਿਸ਼ਮੈਂਟ ਨੂੰ ਕੱਲ ਜਾਓਗੇ ਉੱਥੇ ਪੁੱਛ ਲਿਓ ਉਹਨਾਂ ਨੂੰ ਪੁੱਛ ਲਿਓ ਉਹ ਉਹਨਾਂ ਦੇ ਮੁਖ ਮੁਖ ਦੇ ਚੀਫ ਮਿਨਿਸਟਰ ਸੀਗੇ ਮੈਂ ਕਿਹਾ ਕਿਸੇ ਇੱਥੇ ਤਾਂ ਐਮਐਲਏ ਦਾ ਕੋਈ ਸਾਲਾ ਹੋਵੇ ਉਹਨੂੰ ਉਹਦਾ ਕੋਈ ਬਿਆਨ ਪੁਲਿਸ ਨਹੀਂ ਕਰਾਂਦੀ ਇਸ ਤਰ੍ਹਾਂ ਪ੍ਰੈਸ ਕਾਨਫਰੰਸ ਹੋਈ ਸੀ ਭੋਲੇ ਦੀ ਪਹਿਲਾਂ ਇਨਫੋਰਮ ਕੀਤਾ ਸੀਗਾ ਸਾਰੀ ਪਬਲਿਕ ਬੁਲਾਈ ਸਾਰੀ ਪ੍ਰੈਸ ਉੱਥੇ ਖੜੀ ਸੀ ਉਹਨੇ 45 ਘੰਟੇ ਪ੍ਰੈਸ ਕਾਨਫਰੰਸ ਚਾਲੂ ਇੱਥੋਂ ਕੀਤੀ ਵੀ ਵਿਕਰਮ ਮਜੀਠੀਏ ਨੇ ਆ ਸਾਰਾ ਕੰਮ ਕਰਾਇ ਜੇ ਕਿਤੇ ਕਿਸੇ ਐਮ.ਐਲ.ਏ ਦੇ ਨਾਮ ਲੈ ਦੇਵੇ ਪੁਲਿਸ ਵਾਲੇ ਕੰਬਲ ਪਾ ਕੇ ਚੱਕ ਕੇ ਪੰਡ ਵਾਂਗੂ ਸਿੱਟ ਦੇ ਜਿਪਸੀ ਤੇ ਚੱਕ ਕੇ ਲੈ ਜਾਣਾ ਸੀਗਾ ਕੁਛ ਨਾ ਕੁਛ ਤਾਂ ਉਹਦੇ ਵਿੱਚ ਕੋਈ ਰਹੀ ਹੈ ਇਹਨਾਂ ਨੇ ਮੌਕਾ ਦਿੱਤਾ ਤੇ ਜਿਹੜੇ ਛਾਤਰ ਲੋਕ ਬੈਠੇ ਸੀਗੇ ਉਹਨਾਂ ਨੇ ਨਪਲਿਆਂ ਨਾਲ ਦੀ ਨਾਲ ਤੇ ਇਹ ਛੇਤੀ ਨਹੀਂ ਸੁਲਝਣੀ ਬੜਾ ਸੋਚ ਕੇ ਉਲਝਾਇਆ ਹੈ ਬੇਟਾ ਕਿਨੂੰ ਪਿਆਰਾ ਨਹੀਂ ਹੁੰਦਾ ਸਾਬ ਬੇਟੇ ਸਾਰਿਆਂ ਨੂੰ ਪਿਆਰਾ ਸਾਨੂੰ ਵੀ ਸਾਡਾ ਬੇਟਾ ਲੱਗਦਾ ਵੀ ਰਾਹ ਕਲੀਅਰ ਕਰਦੇ ਆ ਗਲੀਆਂ ਹੁਣ ਸੁੰਨੀਆਂ ਮੈਂ ਟਵੀਟ ਕੀਤਾ ਸੀਗਾ ਗਲੀਆਂ ਹੁਣ ਸੁੰਨੀਆਂ ਤੇ ਵਿੱਚ ਸਾਡਾ ਮਿਰਜ਼ਾ ਯਾਰ ਫਿਰ ਉਹ ਗਲੀ ਸਿੱਧੀ ਕਰਕੇ ਸਾਰੀ ਉਮਰ ਆਹ ਕਲੰਕ ਧੋ ਨਹੀਂ ਸਕਦੇ ਮਜੀਠੀਆ ਸਾਹਿਬ ਕਿੰਨੀਆਂ ਹੀ ਇਨਕੁਆਰੀਆਂ ਕਰਾ ਲਓ ਕਿੰਨੇ ਤੁਸੀਂ ਕਲੀਨ ਚਿੱਟ ਲੈ ਆਓ ਦਾਨਿਸ਼ਮੰਦ ਨੇ ਬੜੀ ਸੋਚ ਕੇ ਉਲਝਾਈ ਹੈ